न्याफुक चैनल तो देख रहे दर्शकों का बहुत बहुत धन्यवाद करता हाँ। तो इस वक्त असी पिंड खासा वाला जिहड़ा कि डिस्ट्रिक्ट गुरदासपुर के पैंदा पिंड है तो ये हलका तो ब्लॉक डेरा बाबा नानक का पिंड है। तो ये असी उत्थों के जिहड़े साबका सरपंच ने सरदार गुरमीत सिंह जी उन्होंने निवास स्थान पर बैठे हाँ, सन ऑफ सरदार स्वर्ण सिंह जी। तो उन्होंने असी इन्हां कोलो सवाल पुछांगे दो चार कि जिहड़ा इन्हां दा इलाका है ये संबंधित तो होर भी दो चार गल्लां करांगे। तो आओ तुहाडे हुण रूबरू कराउंदे आ साबका सरपंच सर इत्थों दे कांग्रेस दे सरदार गुरमीत सिंह जी दे नाल। कांग्रेस नहीं कोई भी नहीं पार्टी। हाँ जी सर, हाँ जी। तो सब तो पहला तो कुछ अपने इलाका निवासियों नूं ते जां अपने इलाके दे एमएलए साहब नूं कुछ कहना चाहो। वाहिगुरू जी का खालसा वाहिगुरू जी की फतेह। मैं पिंड खासा वाले तो गुरमीत सिंह साबका सरपंच सारिआं नूं अपने तरफ तो बहुत बहुत वधाई देना भी साढ़े इलाके दे बहुत वधिया कारोबार चल रहे ने, काम चल रहे ने। साढ़े पिंड दे विच भी सीवरेज का काम चल रहा, गलियां नालियां दे काम चल रहे ने। साडा पिंड टैक्नीकल तौर पर डेरा बाबा नानक की कमेटी नाल रल चुका आ। साडी अजे नवी इलैक्शन नहीं हुई पर सारे काम सरकार अपनी जिम्मेवारी दे नाल बहुत वधिया निभा रही आ ते वधिया कर रही आ। सारे छेती तो छेती काम मुकम्मल हो जाने ने। ते अपना सर ये जिहड़े अपना शहरी म्यूनसिपल कारपोरेशन च आया तुहाडा पिंड, ते ये कदों तो मतलब तुसीं मता पाया सी, इस दा मता पाया सी तुसीं आप, ते ओ ये होया कदों तो फिर शहर दे नाल? ये मता सर अहीं 2017 विच पा के सरकार नूं दित्ता सी। तो हौली हौली कानूनी कार्रवाई हो के जिद्दां वी पंजाब सरकार तों मंजूरी हो के हुण थोड़ी देर तो होया साडी हुण नवें इलैक्शन म्यूनसिपल कमेटी बाबा नानक दे नाल होणी आ, ते इत्थों नवां एम सी चुणिया जाणा आ। ਹੁਣ ਇੱਥੇ ਕੋਈ ਸਰਪੰਚ ਨਹੀਂ ਆ, ਇੱਥੇ ਐਮਸੀ ਚੋਣ ਲੜਨਗੇ ਤੇ ਜੋ ਵੀ ਬਣੇਗਾ ਉਹ ਮਤਲਬ ਨਵੇਂ ਸਿਰੇ ਤੋਂ ਡੇਰਾ ਬਾਬਾ ਨਾਨਕ ਦੇ ਨਾਲ ਹੀ ਰਲ ਕੇ ਬਣਨਗੇ। ਸਾਡਾ ਪਿੰਡ ਪੱਕੇ ਤੌਰ 'ਤੇ ਡੇਰਾ ਬਾਬਾ ਨਾਨਕ ਦੇ ਰਲ ਚੁੱਕਾ ਹੈ। ਠੀਕ ਹੈ। ਅਤੇ ਅੱਛਾ ਸਰ ਹੁਣ ਜਿਹੜਾ ਕੰਮ ਕਰਵਾ ਰਹੇ ਨੇ ਇਹ ਕੌਣ ਕਰਵਾ ਰਿਹਾ ਪਿੰਡ ਦੇ? ਕਾਫ਼ੀ ਤੁਹਾਡਾ ਕੰਮ ਹੋਇਆ ਸੀਵਰੇਜ ਦਾ, ਪੂਰੇ ਪਿੰਡ 'ਚ ਸੀਵਰੇਜ ਪਿਆ ਤੁਹਾਡੇ? ਇਹ ਸਾਰਾ ਕੰਮ ਠੇਕੇਦਾਰ ਦੇ ਰਾਹੀਂ ਬੀ ਡੀ ਓ ਸਾਹਿਬ ਕਰਵਾ ਰਹੇ ਨੇ। ਪੈਸੇ ਬਹੁਤ ਆਏ ਨੇ ਸਰਕਾਰ ਵੱਲੋਂ, ਸਾਰੇ ਕੰਮ ਵਧੀਆ ਤਰੀਕੇ ਨਾਲ ਚੱਲ ਰਹੇ। 15ਵੇਂ ਕਮਿਸ਼ਨ ਦੇ ਸਾਰੇ ਇੱਥੇ ਸੜਕ ਵੀ ਬਹੁਤ ਵਧੀਆ ਬਣਨ ਲੱਗੀ, ਉਹਦਾ ਵੀ ਨੀਂਹ ਪੱਥਰ ਰੱਖਿਆ ਹੋਇਆ ਆ। ਅਤੇ ਸੀਵਰੇਜ ਦਾ ਕੰਮ ਕਾਫੀ ਦੇਰ ਤੋਂ ਮਤਲਬ 2-4 ਮਹੀਨੇ ਤੋਂ ਚੱਲ ਰਿਹਾ ਅਤੇ ਕੰਪਲੀਟ ਹੋਣ ਦੇ ਕਿਨਾਰੇ ਆ। ਅਤੇ ਬਾਕੀ ਸਾਡੇ ਪਿੰਡ ਵਾਟਰ ਸਪਲਾਈ ਦਾ ਪਹਿਲਾਂ ਹੀ ਟੈਂਕੀ ਹੈਗੀ, ਵਾਟਰ ਸਪਲਾਈ ਹੈਗੀ ਹੈ ਸਰ, ਹੈਗੀ ਇੱਥੇ ਪਹਿਲਾਂ ਤੋਂ। ਅਤੇ ਉਹਦਾ ਉਹਦੇ ਕਨੈਕਸ਼ਨ ਲੱਗੇ ਸਾਰੇ ਘਰਾਂ 'ਚ? ਜਿੱਦਾਂ ਸਰਕਾਰ ਨੇ ਹੁਣ ਐਲਾਨ ਕੀਤਾ ਨਾ ਤਕਰੀਬਨ ਕਨੈਕਸ਼ਨ ਹਰ ਘਰ 'ਚ ਹੋਣਾ ਜ਼ਰੂਰੀ ਹੈ, ਸਾਰੇ ਕਨੈਕਸ਼ਨ ਲੱਗੇ ਹੋਏ ਨੇ। ਤੋ ਬਹੁਤ ਵਧੀਆ ਕਾਮਯਾਬੀ ਨਾਲ ਚੱਲ ਰਹੀ ਹੈ ਪਹਿਲਾਂ ਤੋਂ। ਅਤੇ ਪਾਣੀ ਦਾ ਨਿਕਾਸ ਠੀਕ ਹੀ ਸਰ ਪਹਿਲਾਂ ਕਿ ਹੁਣ ਠੀਕ ਹੈ? ਨਹੀਂ ਹੁਣ ਜਦੋਂ ਸੀਵਰੇਜ ਕੰਪਲੀਟ ਹੋਏਗਾ ਫਿਰ ਹੀ ਠੀਕ ਹੋ ਗਿਆ, ਪਹਿਲਾਂ ਵੀ ਚੱਲ ਰਿਹਾ ਸੀ? ਪਹਿਲਾਂ ਠੀਕ ਸੀ, ਪਹਿਲਾਂ ਠੀਕ ਠੀਕ ਚੱਲ ਰਿਹਾ ਸੀ ਪਰ ਹੁਣ ਜਦੋਂ ਇਹ ਚੱਲੇਗਾ ਫਿਰ ਬਹੁਤ ਵਧੀਆ, ਬਹੁਤ ਵਧੀਆ ਹੋਏਗਾ ਸੀਵਰੇਜ ਨਾਲ, ਤਾਂ ਵਧੀਆ ਹੋ ਹੀ ਜਾਏਗਾ। ਅਤੇ ਪਹਿਲਾਂ ਕਿੱਦਾਂ ਸੀ ਮਤਲਬ ਖਲੋਂਦਾ ਸੀ ਪਾਣੀ ਨਾਲੀਆਂ 'ਚ? ਨਹੀਂ ਪਾਣੀ ਮਤਲਬ ਉੱਚੀਆਂ ਨੀਵਾਂ ਥਾਵਾਂ 'ਤੇ ਤੁਹਾਨੂੰ ਪਤਾ ਉਹ ਜਿਹਾ ਖਲੋ ਜਾਂਦਾ, ਖਲੋਂਦੇ ਹੀ ਹੁੰਦੇ ਆ, ਪਰ ਇੰਨਾ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਮਾੜਾ ਹਾਲ ਸੀ, ਮਾੜਾ ਹਾਲ ਸੀ। ਅਤੇ ਹੁਣ ਮਤਲਬ ਵਧੀਆ ਬਣ ਜਾਂਦਾ। ਅਤੇ ਆਪਣੇ ਪਿੰਡ ਦੀ ਸ਼ਮਸ਼ਾਨ ਘਾਟ ਦਾ ਕਿੱਦਾਂ? ਸ਼ਮਸ਼ਾਨ ਘਾਟ ਸਾਡੀ ਅਤੇ ਡੇਰਾ ਬਾਬਾ ਨਾਨਕ ਦੀ ਇਕੱਠੀ ਆ, ਇਕੱਠੀ ਆ, ਉਹ ਬਹੁਤ ਵਧੀਆ ਆ। ਇੱਕ ਸਾਡੇ ਪਿੰਡ ਕਬਰਸਤਾਨ ਹੈ ਮਸੀਹ ਬਰਾਦਰੀ ਦਾ, ਹਾਂਜੀ ਉਹ ਵੀ ਵਧੀਆ ਆ। ਚਾਰਦਵਾਰੀ ਕੀਤੀ ਹੋਈ ਸਰ? ਨਹੀਂ ਜਿਹੜੇ ਸ਼ਮਸ਼ਾਨ ਘਾਟ ਉਹਦੇ ਉਹਦਾ ਤਾਂ ਹੋਇਆ ਨਾ ਸਭ ਕੁਝ ਵੀ, ਕਬਰਸਤਾਨ ਦਾ? ਕਬਰਸਤਾਨ ਦੀ ਚਾਰਦਵਾਰੀ ਨਹੀਂ ਕੀਤੀ। ਅੱਛਾ ਜੀ। ਉਹ ਅਜੇ ਮਤਲਬ ਅੱਜ ਤੋਂ 15 ਸਾਲ ਪਹਿਲਾਂ ਮੈਂ ਉਦੋਂ ਸਰਪੰਚ ਸੀ ਅਤੇ ਆਪਣੇ ਪਿੰਡ ਦੀ ਪੰਚਾਇਤ ਵਿੱਚ ਲੜੇ ਸੀ ਸ਼ਮਸ਼ਾਨ ਘਾਟ ਦਾ, ਉਹਨਾਂ ਨੂੰ ਕਬਰਸਤਾਨ ਦਾ ਸਥਾਨ ਦਿੱਤਾ ਸੀ। ਪਹਿਲਾਂ ਸਾਡੇ ਪਿੰਡ 'ਚ ਕਬਰਸਤਾਨ ਦਾ ਥਾਂ ਹੈ ਨਹੀਂ, ਇਹ ਉਹ ਦੂਜੇ ਪਿੰਡ ਦੀਆਂ ਕਬਰਾਂ ਦੇ ਵਿੱਚ ਜਾਂਦੇ ਹੁੰਦੇ ਸੀ ਮਸੀਹ ਭਾਈਚਾਰੇ ਵਾਲੇ। ਅਤੇ ਇਹ ਤਕਰੀਬਨ 2007 ਦੇ ਲਾਗੇ ਮੈਂ ਉਹਨਾਂ ਨੂੰ ਮਤਲਬ ਕਬਰਸਤਾਨ ਦਾ ਥਾਂ ਜਿਹੜਾ ਸੀ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਦਿੱਤਾ ਸੀ। ਅਤੇ ਉਹ ਵੀ ਮਤਲਬ ਥਾਂ ਹੁਣ ਉਹ ਵਰਤ ਰਹੇ ਨੇ ਉੱਥੇ ਇੱਕ ਬਰਾਂਡਾ ਵਧੀਆ ਪਿਆ, ਕਮਰਾ ਅੱਛਾ ਬਰਾਂਡਾ ਪਿਆ, ਨਲਕਾ ਲੱਗਾ ਹੈਗਾ ਉੱਥੇ ਲੱਗਾ ਹੈ। ਠੀਕ ਹੈ। ਅਤੇ ਸਰ ਉਸ ਤੋਂ ਇਲਾਵਾ ਕੋਈ ਪੰਚਾਇਤ ਘਰ ਜਾਂ ਕੋਈ ਜੰਜ ਘਰ ਪਿੰਡ 'ਚ ਹੈਗਾ? ਹੈਗਾ ਸਰ, ਹੈਗਾ ਹੈਗਾ। ਹਾਂਜੀ। ਉਹਦੀ ਹਾਲਤ ਕਿੱਦਾਂ, ਖਸਤਾ ਹੈ ਕਿ ਠੀਕ ਹੈ? ਪੰਚਾਇਤ ਘਰ ਵੀ ਠੀਕ ਆ, ਸਕੂਲ ਸਾਡੇ ਦਾ ਕੰਮ ਥੋੜ੍ਹਾ ਹੋਣ ਵਾਲਾ। ਸਕੂਲ ਦਾ ਕਿਹੜਾ, ਆਂਗਣਵਾੜੀ ਜਾਂ ਪ੍ਰਾਇਮਰੀ? ਆਂਗਣਵਾੜੀ ਦਾ ਸੈਂਟਰ ਬਣਿਆ ਹੋਇਆ ਇੱਥੇ ਸਾਡੇ। ਅੱਛਾ ਜੀ। ਉਹ ਅਲੱਗ ਬਣਿਆ ਹੈ? ਅਲੱਗ ਬਣਿਆ, ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਬਰਾਂਡਾ ਜਿਹਾ ਟਾਈਪ ਪੈਣ ਵਾਲਾ ਹੈ, ਬਿਲਕੁਲ।
ਸਾਡੇ ਸਕੂਲ ਦੀ ਗਿਣਤੀ ਮਤਲਬ ਸ਼ਹਿਰ ਦੇ ਨੇੜੇ ਹੋਣ ਕਰਕੇ ਥੋੜ੍ਹੀ ਘੱਟ ਆ ਘੱਟ ਸੀ ਤਾਂ ਹੀ ਫਿਰ ਉਹਨਾਂ ਦੀ ਗਿਣਤੀ ਜ਼ਿਆਦਾ ਸੀ ਜੋ ਕਿ ਅਸੀਂ ਹੈ ਨਹੀਂ ਅਸੀਂ ਕੋਈ ਉਹੋ ਜਿਹੀ ਸਕੀਮ ਕਹਿ ਨਹੀਂ ਸਕਦੇ ਕਿਸਾਨ ਜੀ ਲੋਕਾਂ ਨੇ ਤੁਹਾਨੂੰ ਮੈਂ ਤਾਂ ਪੁੱਛਿਆ ਕਿ ਤੁਸੀਂ ਕਿਸਾਨ ਵੀ ਜੇ ਅਤੇ ਸਾਬਕਾ ਸਰਪੰਚ ਵੀ ਜੇ ਅਤੇ ਤੁਹਾਨੂੰ ਜ਼ਿਆਦਾ ਨੌਲੇਜ ਹੋਏਗੀ ਲੋਕ ਆਪਣੇ ਤੌਰ 'ਤੇ ਸਿੱਧੀਆਂ ਐਪਲੀਕੇਸ਼ਨਾਂ ਦਿੰਦੇ ਨੇ ਇਸ ਚੀਜ਼ 'ਚ ਕਿਉਂਕਿ ਅਸੀਂ ਹੁਣ ਕਿਸੇ ਨੂੰ ਸਿਫਾਰਿਸ਼ ਨਹੀਂ ਕਾਨੂੰਨੀ ਤੌਰ 'ਤੇ ਕਰ ਸਕਦੇ ਨਹੀਂ ਕਰ ਸਕਦੇ ਇਸ ਕਰਕੇ ਤਾਂ ਮਤਲਬ ਆਪੋ ਆਪਣਾ ਜਿਵੇਂ ਕੋਈ ਕਰਨਗੇ ਅਸੀਂ ਬਾਕੀ ਨਿੱਕੇ ਮੋਟੇ ਕੰਮ ਜਿਹੜੇ ਪੰਚਾਇਤ ਜਿੱਦਾਂ ਕਰਦੀ ਉਹ ਕਰਦੇ ਉਹ ਕਰ ਦਿੰਦੇ ਵੀ ਪਿੰਡ ਦੀ ਕੋਈ ਵੀ ਜਿੱਦਾਂ ਗੱਲ ਹੋਵੇ ਤਾਂ ਫੈਸਲਾ ਹੋਵੇ ਕੋਈ ਗੱਲ ਹੋਵੇ ਤਾਂ ਉਹ ਤੁਸੀਂ ਮੋਤ ਵੱਧਦੇ ਪਿੰਡ ਦੇ ਮੇਨ ਜ਼ਿੰਮੇਵਾਰੀ ਤੁਹਾਡੇ 'ਤੇ ਹੀ ਹੈ ਜੀ ਹਾਂ ਉਹ ਤਾਂ ਤੁਹਾਡੇ 'ਤੇ ਹੀ ਹੈ ਜ਼ਿੰਮੇਵਾਰੀਆਂ ਅਤੇ ਸਰ ਇੱਥੇ ਫਲੈਸ਼ਾਂ ਫਲੁਸ਼ਾਂ ਵੀ ਬਣੀਆਂ ਹਾਂਜੀ ਫਲੈਸ਼ਾਂ ਬਣੀਆਂ ਹੁਣ ਨਹੀਂ ਪਹਿਲਾਂ ਨਹੀਂ ਹੁਣ ਨਹੀਂ ਹੁਣ ਮਤਲਬ ਇੱਕ ਤਾਂ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਬਣੀਆਂ ਜਦੋਂ ਸਾਡੇ ਮੌਜੂਦਾ ਪੰਚਾਇਤ ਦੇ ਵਿੱਚ ਬਣੀਆਂ ਨੇ ਤੁਹਾਡੇ ਮੌਜੂਦਾ ਪੰਚਾਇਤ ਠੀਕ ਹੈ ਠੀਕ ਹੈ ਅਤੇ ਕਿੰਨੀਆਂ ਫਲੈਸ਼ਾਂ ਬਣਾਈਆਂ ਸੀ ਫਲੈਸ਼ਾਂ ਤਾਂ ਘੱਟੋ ਘੱਟ 70-80 ਬਣਾਈਆਂ 70-80 ਅਤੇ ਕੱਚੇ ਮਕਾਨ ਵੀ ਬਣਾਏ ਸੀ ਸਰ ਲੋਕਾਂ ਦੇ ਜਿਹੜੇ ਕੱਚੇ ਮਕਾਨ ਥੋੜ੍ਹੇ ਬਣੇ ਲੋੜਵੰਦ ਪਰਿਵਾਰਾਂ ਦੇ ਦੋ ਤਿੰਨ ਬਣੇ ਦੋ ਤਿੰਨ ਬਣੇ ਸੀ ਹਾਂਜੀ ਚਲੋ ਸਰ ਦੋ ਤਿੰਨ ਬੜੇ ਨਹੀਂ ਤਾਂ ਕਈ ਪਿੰਡਾਂ 'ਚ ਬਣੇ ਹੀ ਨਹੀਂ ਬਣੇ ਹਾਂਜੀ ਠੀਕ ਹੈ ਅਤੇ ਦੋ ਬਣੇ ਸੀ ਅਤੇ ਤਿੰਨ ਨਹੀਂ ਸੀ ਇੱਕ ਰਹਿ ਗਿਆ ਬਾਕੀ ਮਤਲਬ ਬਣ ਗਏ ਅੱਛਾ ਚਾਰ ਬਣ ਗਏ ਸੀ ਠੀਕ 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 ਚਾਰ ਬਣ ਗਏ ਸੀ ਅਤੇ ਇੱਕ ਰਹਿ ਗਿਆ ਹਾਂਜੀ ਅਤੇ ਉਹ ਕੋਈ ਰਹਿ ਗਿਆ ਸਰ ਉਹ ਅਸਲੀਅਤ ਵਿੱਚ ਉਹਨਾਂ ਘਰ ਇੰਨਾ ਮਤਲਬ ਵਧੀਆ ਪਹਿਲਾਂ ਹੀ ਬਣਿਆ ਹੋਇਆ ਪੱਧਰਾ ਹੋਣ ਕਰਕੇ ਦੁਬਾਰਾ ਆਪਾਂ ਨਹੀਂ ਉੱਥੇ ਪੈਸੇ ਲਾ ਸਕਦੇ ਉਹ ਜਾਣ ਕੇ ਉਹਨਾਂ ਨੇ ਖਾਤਾ ਉਹ ਜਾਣ ਕੇ ਲਿਖਾਇਆ ਸੀ ਅਤੇ ਜਿੱਥੇ ਮਤਲਬ ਪਹਿਲਾਂ ਬਣਿਆ ਹੋਇਆ ਉੱਥੇ ਪੰਚਾਇਤ ਦੁਬਾਰਾ ਨਹੀਂ ਪੈਸੇ ਲਾ ਸਕਦੀ ਅਤੇ ਕਾਨੂੰਨੀ ਤੌਰ 'ਤੇ ਕਾਨੂੰਨੀ ਤੌਰ 'ਤੇ ਮੁਸ਼ਕਲ ਹੈ ਅਤੇ ਇਸ ਤੋਂ ਇਲਾਵਾ ਸਰ ਜਿੱਦਾਂ ਕਿ ਮੰਨ ਲਓ ਆਪਣਾ ਆਇਆ ਹੁਣ ਜਿੱਦਾਂ ਥਾਪੜ ਮਾਡਲ ਛੱਪੜ ਦੀ ਸਕੀਮ ਆਈ ਆ ਅਤੇ ਸਾਡੇ ਪਿੰਡ ਬਣੇਗਾ ਜੀ ਆਪਣਾ ਪਿੰਡ ਦਾ ਛੱਪੜ ਆਇਆ ਥਾਪੜ ਮਾਡਲ ਛੱਪੜ ਸਾਡੇ ਕੋਲ ਹੈਗਾ ਆ ਜੋ ਸੀਵਰੇਜ ਦਾ ਪਾਣੀ ਆ ਉਹਦੇ ਵਿੱਚ ਜਾਣਾ ਉਹਦੇ ਵਿੱਚ ਜਾਣਾ ਅਤੇ ਉਹਨੇ ਬਣਨਾ ਆ ਮਤਲਬ ਬਣਾਉਣਾ ਆ ਥਾਪੜ ਮਾਡਲ ਬਣਾਓਗੇ ਤੁਸੀਂ ਬਣਾਉਣਾ ਵੀ ਮਤਲਬ ਪਾਸ ਹੋਇਆ ਵਾ ਛੱਪੜ ਦਾ ਠੀਕ ਹੈ ਇਹ ਹੁਣ ਕਣਕਾਂ ਤੋਂ ਬਾਅਦ ਹੀ ਕਰੋਗੇ ਵੀ ਪਾਣੀ ਕੱਢ ਕੇ ਛੱਪੜ ਦਾ ਹਾਂਜੀ ਨਹੀਂ ਇੱਧਰੋਂ ਸੀਵਰੇਜ ਚੱਲਣ ਦੀ ਡੇਰਾ ਉੱਥੇ ਥਾਂ ਖਾਲੀ ਆ ਸਾਡੇ ਕੋਲ ਉਹਦੇ ਛੱਪੜ ਦਾ ਖਾਲੀ ਆ ਖਾਲੀ ਆ ਸਾਡੇ ਕੋਲ ਅੱਛਾ ਅੱਛਾ ਅਤੇ ਫਿਰ ਉਹਨੇ ਬਣਾਉਣਾ ਜੋ ਵੀ ਆ ਜਦੋਂ ਹਾਂ ਉਹ ਤਾਂ ਫਿਰ ਤਾਂ ਨਾ ਵੀ ਜੇ ਆਪਣੇ ਮੌਜੂਦਾ ਪੰਚਾਇਤ ਰਾਹੀਂ ਬਣਾਉਣਾ ਹੈ ਤਾਂ ਫਿਰ ਤਾਂ ਅਸੀਂ ਆਪ ਖੁਦ ਬਣਾਈਏ ਅਤੇ ਪਰ ਇਹ ਹੁਣ ਦੂਜੇ ਸਕੀਮ 'ਚ ਬਣਨਾ ਹੈ ਬਣ ਜਾਣਾ ਆਪੇ ਬਣ ਜਾਣਾ ਬਿਲਕੁਲ ਪਰ ਨਹੀਂ ਸਰ ਫਿਰ ਵੀ ਜਿੱਥੇ ਤੁਸੀਂ ਸਾਬਕਾ ਸਰਪੰਚ ਜੇ ਅਤੇ ਜੋ ਤੁਸੀਂ ਕਹਿਣਾ ਵਾ ਜੋ ਤੁਹਾਡੀ ਸੋਚਣੀ ਆ ਲੋਕਾਂ ਨੇ ਤੁਹਾਨੂੰ ਦੱਸਣਾ ਵਾ ਅਤੇ ਤੁਸੀਂ ਅੱਗੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਗੱਲ ਪਹੁੰਚਾਉਣੀ ਆ ਕਿ ਲੋਕਾਂ ਦੀ ਇਹ ਮੰਗ ਆ ਅਤੇ ਇਹ ਆਪਾਂ ਨੂੰ ਜ਼ਰੂਰੀ ਚਾਹੀਦਾ ਪਿੰਡ ਵਿੱਚ ਇਹ ਤਾਂ ਵੈਸੇ ਸਾਡੀ ਜ਼ਿੰਮੇਵਾਰੀ ਬਣਦੀ ਜ਼ਿੰਮੇਵਾਰੀ ਬਣਦੀ ਹੈ ਇਹ ਤਾਂ ਦੌੜਿਆ ਨਹੀਂ ਜਾ ਸਕਦਾ ਕਿਸੇ ਪਾਸੇ ਹਾਂ ਬਿਲਕੁਲ ਬਿਲਕੁਲ ਹੈ ਇਹ ਤਾਂ ਕੋਈ ਵੀ ਪਿੰਡ ਦੀ ਮੁਸ਼ਕਲ ਆ ਹਾਂ ਅਤੇ ਉਹ ਤੁਸੀਂ ਹਰ ਸਿਆਣਾ ਆਦਮੀ ਸੋਚਦਾ ਵੀ ਮੇਰੇ ਰਾਹੀਂ ਯਾਰ ਜੇ ਹੱਲ ਹੁੰਦੀ ਹੈ ਤੈਨੂੰ ਕਰ ਦੇਣਾ ਚਾਹੀਦਾ ਕਰ ਦੇਣਾ ਚਾਹੀਦਾ ਕਿਉਂਕਿ ਉਹ ਇਕੱਲੇ ਇੱਕ ਦੀ ਨਹੀਂ ਪੂਰੇ ਪਿੰਡ ਦੀ ਆ ਉਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਸਾਰਿਆਂ ਦੀ ਆ ਮੁਸ਼ਕਲ ਨਹੀਂ ਮੁਸ਼ਕਲ ਵੀ ਸਾਰਿਆਂ ਦੀ ਆ ਬਿਲਕੁਲ ਜਿਹੜੀ ਮੁਸ਼ਕਲ ਹੋਣੀ ਆ ਜੇ ਕਿਤੇ ਗਲੀ ਦੇ ਵਿੱਚ ਪਾਣੀ ਖਲੋਤਾ ਤਾਂ ਸਾਰਿਆਂ ਨੇ ਇੱਕ ਨੇ ਥੋੜ੍ਹੀ ਲੰਘਣਾ ਉਹ ਸਾਰਿਆਂ ਨੇ ਲੰਘਣਾ ਪਰ ਇਹ ਗੱਲ ਸਰ ਸੋਚਦੇ ਨਹੀਂ ਲੋਕ ਸੋਚਣਾ ਚਾਹੀਦਾ ਨਾ ਇਹਦੇ ਵਿੱਚ ਕਿਹੜੀ ਮਾੜੀ ਗੱਲ ਆ ਕਈ ਪਿੰਡਾਂ ਦੇ ਵਿੱਚ ਲੋਕ ਡੱਕਦੇ ਨੇ ਕਿ ਨਹੀਂ ਜੀ ਸਾਡੇ ਪਾਣੀ ਖਲੋਣ ਡਿਆ ਅੱਗੇ ਤੇ ਤੁਸੀਂ ਬੰਦ ਕਰੋ ਕੰਮ ਮੇਰੇ ਸੁਝਾਅ ਮੁਤਾਬਕ ਤੇ ਇੰਨੀ ਜਾਣ ਬੁੱਝ ਕੇ ਧੜੇਬੰਦੀ ਨਹੀਂ ਹੋਣੀ ਚਾਹੀਦੀ ਕਿਸੇ ਦੇ ਬੂਹੇ ਦੇ ਅੱਗੇ ਪਾਣੀ ਖਿਲਾਰਿਆ ਜਾਏ ਪਾਣੀ ਦਾ ਨਿਕਾਸ ਕਰਨਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਦੂਜੀ ਗੱਲ ਜਿਹੜੀ ਆ ਬੱਚਾ ਕੋਈ ਵੀ ਕਿਸੇ ਗਰੀਬ ਦਾ ਹੋਏ ਅਮੀਰ ਦਾ ਹੋਏ ਸਾਰੇ ਸਾਡੇ ਨੇ ਸਾਡੇ ਪਿੰਡ ਦੇ ਨੇ ਸਾਡੇ ਆਪਣੇ ਲੋਕ ਨੇ ਕੋਈ ਬਗਾਨੇ ਨਹੀਂ ਬਿਲਕੁਲ ਬਿਲਕੁਲ ਇਹਦੇ 'ਚ ਕੋਈ ਦੋ ਰਹਿਵਾਂ ਨਹੀਂ ਕਿ ਦੂਜੇ ਦੇ ਘਰ ਅੱਗ ਲੱਗੀ ਹੈ ਤਾਂ ਉਹਦੇ ਲੱਗੀ ਹੈ ਕੱਲ੍ਹ ਸਾਡੇ ਘਰ ਵੀ ਉਹ ਅੱਗ ਲੱਗ ਸਕਦੀ ਹੈ ਬਿਲਕੁਲ ਕੋਈ ਮਤਲਬ ਦੋ ਰਹਿਵਾਂ ਨਹੀਂ ਇਹ ਤਾਂ ਸਰ ਉਹ ਬੰਦਾ ਸੋਚਦਾ ਨਾ ਜਿਹੜਾ ਸਿਆਣਾ ਵਾ ਅਤੇ ਜਿਹੜਾ ਨਹੀਂ ਸਿਆਣਾ ਉਹਨੇ ਥੋੜ੍ਹੀ ਸੋਚਣੀ ਇਹ ਗੱਲ ਉਹਨੇ ਇਹ ਚੀਜ਼ ਨਹੀਂ ਸੋਚਣੀ ਇਹ ਤਾਂ ਆਪੋ ਆਪਣੀ ਸੋਚਣੀ ਆ ਸੋਚਣੀ ਤੇ ਡਿਪੈਂਡ ਕਰਦਾ ਕਿਹੜੇ ਲਹਿਜੇ ਚ ਸੋਚਦਾ ਉਹਦੀ ਕਿਹੜੇ ਲਹਿਜੇ ਉਹਦੀ ਜ਼ਿੰਮੇਵਾਰੀ ਆ ਉਹਦੇ ਮਨ ਦੇ ਵਿਚਾਰ ਨੇ ਵੀ ਮੈਂ ਇਦਾਂ ਨਹੀਂ ਤਾਂ ਕਰੂੰ ਇਦਾਂ ਨਹੀਂ ਦੇ ਦਾ ਬਿਲਕੁਲ ਜ਼ਿੰਮੇਵਾਰੀ ਆਪਣੀ ਆਪੋ ਆਪਣੀ ਜ਼ਿੰਮੇਵਾਰੀ ਅਤੇ ਸਿਆਣ ਫਿਰ ਇਸੇ ਗੱਲ 'ਤੇ ਵੀ ਸਾਰਿਆਂ ਦਾ ਭਲਾ ਹੋਏ ਹਾਂਜੀ ਹਾਂਜੀ ਕੋਈ ਮਾੜੀ ਗੱਲ ਅਤੇ ਅੱਛਾ ਸਰ ਆਪਣੀ ਓਪਨ ਜਿੰਮ ਦੀ ਸਕੀਮ ਚੱਲਦੀ ਹੈ ਕਾਫੀ ਦੇਰ ਤੋਂ ਉਹ ਕਾਫੀ ਦੇਰ ਦੀ ਚੱਲਦੀ ਹੈ ਅਤੇ ਆਪਣੇ ਪਿੰਡ ਵਿੱਚ ਓਪਨ ਜਿੰਮ ਲੱਗਾ ਜੀ ਕਈ ਸਾਲ ਪਹਿਲਾਂ ਜਿੰਮ ਵਾਲਾ ਸਮਾਨ ਸਾਡੇ ਪਿੰਡ 'ਚ ਆਇਆ ਸੀ ਆਇਆ ਸੀ ਤੁਸੀਂ ਸਰਪੰਚ ਸੀ ਉਦੋਂ ਸਰਪੰਚ ਅੱਛਾ ਅੱਛਾ ਉਹ ਉਹਨਾਂ ਮੁੰਡਿਆਂ ਨੂੰ ਦਿੱਤਾ ਸੀ ਉਹਨਾਂ ਨੇ ਮਤਲਬ ਆਪਣੇ ਲਾਇਆ ਸੀ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਸਾਂਝੀਆਂ ਚੀਜ਼ਾਂ ਜਿੱਦਾਂ ਕਰਦੇ ਨੇ ਉਦਾਂ ਹੀ ਖਿਲਾਰ ਖਲੋਰ ਦਿੱਤੀਆਂ ਜਿਹੜੀ ਗੱਲ ਆਇਆ ਜ਼ਰੂਰ ਸੀ ਆਇਆ ਜ਼ਰੂਰ ਸੀ ਜਿਹੜੇ ਪਹਿਲੇ ਪਾਰਕ ਸਾਡੇ ਪਿੰਡ ਹੈ ਪਾਰਕ ਨਹੀਂ ਹੈਗੀ ਪਾਰਕ ਹੈ ਕੀ ਗੱਲ ਜਗ੍ਹਾ ਨਾ ਹੋਣ ਦੇ ਕਾਰਨ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਉਹ ਬਾਰਡਰ ਦੇ ਬਿਲਕੁਲ ਨੇੜੇ ਆ ਉੱਥੇ ਵੈਸੇ ਸ਼ਾਮ ਨੂੰ ਮਤਲਬ BSF ਵਾਲੇ ਲਾਗੇ ਨਹੀਂ ਜਾਣ ਦਿੰਦੇ ਹਾਂਜੀ ਨਾ ਸਵੇਰੇ ਇਸ ਵਕਤ ਜਾਣ ਦਿੰਦੇ ਆ ਕਿਉਂਕਿ ਮਤਲਬ ਇੰਟਰਨੈਸ਼ਨਲ ਬਾਰਡਰ ਹੋਣ ਕਰਕੇ ਜ਼ਿਆਦਾ ਉੱਥੇ ਮਤਲਬ ਉੱਥੇ ਸਵੇਰੇ 5 ਵਜੇ ਜਾਂ 6 ਵਜੇ ਤੋਂ ਲੈ
वो डीसी साहब वालों आर्डर होंगे ने भी रात को 8 बजे तो लैके 9 बजे तक करफ्यू सिस्टम है 500 मीटर के एरिए 1000 मीटर के एरिए इन्ना करफ्यू आ बार्डर तो बार्डर के लागे तो वो साढ़े 500 मीटर के एरिए आँदी है जमीन जी टेक्निकल तौर पर कानूनी तौर पर नहीं जा सकते क्योंकि डीसी साहब के हुक्म होंगे भी जिथे तार लगी उ 500 मीटर है जिथे तार नहीं लगी उ 1000 मीटर तक होंगे इस करके अपनी मजबूरी है मजबूरी है जिदे करके नहीं बने नहीं बने प्रशासन तो अपने इलाके कोई तुसी मंग कोई अपील हो चैनल के माध्यम राही कह सकते जी देखो जी तो परमात्मा अगर अरदास बेनती कर सकते भी सारे सुखी रखे तो चंगे काम चलते रहन सरकार भी लोगों का भला करे आ तीन कानूनों बारे जरूर अभी सरकार को बेनती करा कि यह सेंटर सरकार के उत्ते दबाव पा के वापस कराने की कोशिश करे ये साड़ी जरूर बेनती है क्योंकि प्रवान कर लो आने वाली पीढ़ियां भी खत्म बिल्कुल आने वाली पीढ़ियां भी इतना खत्म हो जाए मतलब तिना कानून के अगेंस्ट सरदार गुरमीत सिंह जी साबका सरपंच पिंड खासावाला तो जिहड़ा कि डिस्ट्रिक्ट गुरदासपुर दे विच पैंदा पिंड है ते उन्होंने दस्सिया कि इस पिंड दे विच हाले तक कोई भी सरपंच नहीं है ये सरदार गुरमीत सिंह जी साबका सरपंच ने ते मौजूदा सरपंच इत्थे कोई नहीं हैगा क्योंकि इन्होंने 2017 दे विच एक एप्लीकेशन पाई सी कि साडा जिहड़ा ये पिंड आ ये शहर दे नाल जोड़िया जाए ते ओह हुण इन्हां दे जिहड़ी इन्हां दा मता सी ओह प्रमाण कर लिया गया है ते इन्हां दे पिंड नूं शहर नाल जोड़ दिता गया है ते हुण जदों शहरी इलैक्शन होएगी म्यूनसीपल कौंसल दी ते उदों ही इन्हां फिर इत्थे एमसी खलोएगा सरपंच नहीं एमसी दी इलैक्शन लड़नगे चाहे सरदार गुरमीत सिंह जी लड़न ते चाहे कोई होर लड़े तो एमसी ही लड़ेगा एमसी दी इलैक्शन ही पर सरपंच दी इलैक्शन इत्थों खत्म हो चुकी है ते पर जिहड़े काम ने इन्हां दे उह सारे बहुत वधिया होए ने ते हो भी रहे ने सारे पिंड विच सीवरेज पै रहा है सब तो वड्डी गल है कि जिहड़ा सीवरेज पै रहा जिहड़ा अजे तक पिया ही नहीं सी ते लोकां दे दरवाजे अगे पानी खलोंदा सी ते हुण ओह सीवरेज पा के ते सारा पानी छप्पड़ विच कढ रहे ने ते मैं कुलवंत सिंह ढिल्लों पंजाब फोकस चैनल तों कैमरामैन अमरजोती दे नाल धन्नवाद।